ਸਮਾਜ ਸੰਭਾਰਾ ਯਾਰ ਧਰ ਪਰਮੇਸ਼ਵਰ ਕੋ ਮਨ ਮੈਂ ਪਾਤੀ ਲਿਖਤ ਪਇਓ ਇਸ ਚਿਨ ਮੈਂ ਤੀਰ ਮਲ ਰਹਿ ਪੁਰ ਕਰ ਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨ ਯੋਗ ਗੁਰੂ ਜੀ ਸਾਡੀ ਨਵਾਜ਼ੀ ਹੋਈ ਸਾਧ ਸੰਗਤ ਜੀ ਸਤਿਗੁਰੂ ਧੰਨ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਅਕਾਲ ਕਿਰਪਾ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਕਾਰਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਵਿਖੇ ਸੱਜੇ ਹੋਏ ਸੁੰਦਰ ਦੀਵਾਨਾਂ ਦੀ ਹਾਜ਼ਰੀ ਭਰਦਿਆਂ ਸੇਵਾ ਰਾਜੀ ਸਿੰਘਾਂ ਦੀ ਮੁਬਾਰਕ ਰਚਨਾ ਚੁਰਜੀ ਬਾਣੀ ਦਾ ਸਰਬ ਕੀਰਤਨ ਕਰਨਾ ਕਰਕੇ ਆਪਾਂ ਨਿਹਾਲ ਹੋ ਰਹੇ ਤਾਂ ਹਰ ਰੋਜ਼ ਸਤਿਗੁਰਾਂ ਦੇ ਹਜ਼ੂਰ ਸੱਜੇ ਹੋਏ ਸੋਹਣੇ ਸੁੰਦਰ ਦੀਵਾਨਾਂ ਅੰਦਰ ਜਿੱਥੇ ਆਪਾਂ ਗੁਰੂ ਜੀ ਬਾਣੀ ਦਾ ਸਰਬ ਕੀਰਤਨ ਕਰਨਾ ਕਰਦੇ ਤਾਂ ਪਿਛਲੇ ਪੈਰ ਸਤਿਗੁਰਾਂ ਦੇ ਪਾਵਨ ਪਵਿੱਤਰ ਗੁਰੂ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਗੁਰੂ ਦਾ ਪਾਵਨ ਇਤਿਹਾਸ ਕਰਨਾ ਕਰਦੇ ਪਰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਦੀ ਜੰਗ ਦੇ ਵਿੱਚੋਂ ਜਿੱਤ ਪ੍ਰਾਪਤ ਕਰਕੇ ਆਪਣੇ ਸੂਰਮਿਆਂ ਦੇ ਤਹਿਤ ਆਪਣੇ ਜਰਨੈਲਾਂ ਦੇ ਨਾਲ ਪਰਿਵਾਰ ਦੇ ਤਹਿਤ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਚੱਲ ਕੇ ਸ੍ਰੀ ਕੀਰਤਪੁਰ ਸਾਹਿਬ ਵਾਲੇ ਮਹਾਨ ਪਵਿੱਤਰ ਸਥਾਨ ਕੀਰਤਪੁਰ ਸਾਹਿਬ ਦੀ ਨਗਰੀ ਕਿਧਰ ਨੂੰ ਹਜ਼ੂਰ ਨੇ ਚੱਲੇ ਉੱਥੇ ਪੀਰ ਬਾਬਾ ਬੁੱਢਨ ਸਾਹਿਬ ਨੂੰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਛੋਟੀ ਬੇਟੀ ਜੋੜ ਕਰਕੇ ਬੇਨਤੀ ਕਰਦੇ ਸੀ ਮਹਾਰਾਜ ਕਾਫੀ ਆਰਤੀ ਹੋ ਗਈ ਹੈ। 500 ਸਾਲ ਦੇ ਕਰੀਬ ਕਰੀਬ ਕਰਕੇ ਸੰਸਕਾਰ ਦੇ ਰਹੇ ਬੇਨਤੀਆਂ ਕਰਨਾ ਮਹਾਰਾਜ ਸੰਸਕਾਰ ਦੀ ਵਾਜੀ ਹੈ। ਇਹ ਸੰਸਕਾਰ ਤੋਂ ਵਿਦਾ ਹੋਣਾ ਕਿਰਪਾ ਹੈ। ਤੁਸੀਂ ਕਿਰਪਾ ਕਰੋ ਇਸ ਮਨਾਣੀ ਮਕਾਣੀ ਜਿੰਦ ਦੇ ਸਿਰ ਤੇ ਆਪ ਸੱਤ ਰੱਖਦੇ ਹੋ ਮਹਾਰਾਜ ਲੋਕ ਤੁਸੀਂ ਇਹ ਪ੍ਰਲੋਕ ਸੁਹੇਲੇ ਮੈਂ ਦਰਸ਼ਨ ਕਰਨ ਦੀ ਇੱਛਾ ਰੱਖਦਾ ਮਹਾਰਾਜ ਤੁਹਾਡੇ ਦਰਸ਼ਨ ਪੀਰ ਬਾਬਾ ਬੁੱਢਨ ਸਾਹਿਬ ਉਹਨਾਂ ਦੀ ਬੇਨਤੀ ਪ੍ਰਵਾਨ ਕਰਦੇ ਹਾਂ। ਉਹਨਾਂ ਦੇ ਪਿਆਰ ਵਿੱਚ ਜੁੜੇ ਹੋਏ ਸਤਿਗੁਰੂ ਮਹਾਰਾਜ ਜੋਗੀ ਕੀਰਤਨ ਆਪਣਾ ਸੇਵ ਕਰਦੇ ਹਾਂ ਜੀਵਾਂ ਦੇ ਸੁਧਾਰ ਕਰਦੇ ਹਾਂ। ਕੀਰਤਪੁਰ ਸਾਹਿਬ ਦੀ ਧਰਤੀ 'ਤੇ ਜਾ ਕਰਕੇ ਜਦੋਂ ਬਾਬਾ ਬੁੱਢਨ ਸਾਹਿਬ ਦੇ ਕੋਲ ਗਏ ਜਾ ਕਰਕੇ ਆਵਾਜ਼ ਦੇ ਕਰਕੇ ਬੁਲਾਉਣਾ ਕੀਤਾ ਸੁਖਬੀਰ ਜੀ ਇੰਨੇ ਸਮੇਂ
करवा जाती है मालूम, वो सरकार को ये मान रहे हैं ना कि बिना गुरु घर का साथी समाज की जिन्हें गुरु घर की सामग्री की जो लोड़ियां वस्तुएं सन उन्हें सारियां वस्तुओं को संभालना सीखा था। सब गुर को समाज संभारा, सारा साथी समाज अपनी पगड़ी विच लै करके अपनी मर्जी के अनुसार अपनी इच्छा के अनुसार जो कितने चंगा लगता है वो कार के बाबा धीर नाल भी करते सन। धार धार तुरकेश्वर को मन में हूँ पता लगा कि सतगुरु साहब महाराज कीर्तपुर साहब में चले गए तो मैं कल्ला इस धरती पे रह गया। सुप्रीम श्री शाहजहां बादशाह दोबारा कल्ला करे तो मैनू सतगुरां का पोतरा जान करके कि मेरे पास बदला लैण जा रही है सुप्रीम ਕੀ ਮਨ ਦੇ ਵਿੱਚ ਡਰ ਰਹਿ ਕਰਕੇ ਧੀਰ ਮਲ ਨੇ ਤਾਂ ਸਾਜਨ ਬਾਦਸ਼ਾਹ ਦੇ ਨਾਲ ਸੁਲਾ ਕਰਨੀ ਮੈਂ ਬਾਦਸ਼ਾਹ ਦੇ ਨਾਲ ਰਲ ਜਾਵਾਂ ਤਾਂ ਕਿ ਮੈਨੂੰ ਕੋਈ ਕਿਸੇ ਪਾਸੇ ਤੁਰਕਾਂ ਦੀ ਫੌਜ ਦਾ ਤੁਰਕਾਂ ਦਾ ਕੋਈ ਡਰ ਆਦਤ ਨਾ ਰਹੇ ਜਿੰਨਾ ਚਿਰ ਸਤਿਗੁਰੂ ਇੱਥੇ ਸਨ ਉਹਨਾਂ ਦਾ ਡਰ ਕਰਕੇ ਕੋਈ ਤੁਰਕਾਂ ਦੀ ਫੌਜ ਦੇ ਸਿਰ ਕਿਸੇ ਤੋਂ ਮੂੰਹ ਨਹੀਂ ਕੀਤਾ ਤੇ ਹੁਣ ਇਕੱਲੇ ਰਹਿਣ ਕਰਕੇ ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀ ਕੀਰਤਪੁਰ ਸਾਹਿਬ ਨੂੰ ਚਲੇ ਜਾਣ ਕਰਕੇ ਤੇ ਧੀਰ ਮਲ ਜੀ ਅੰਦਰੋਂ ਅੰਦਰੀ ਡਰ ਕਰਕੇ ਤੇ ਬਾਦਸ਼ਾਹ ਸਾਹਿਬਾਨ ਦੇ ਨਾਲ ਸੰਧੀ ਕਰਨਾ ਚਾਹੁੰਦੇ ਸਨ। ਬਾਤੀ ਲਿਖਤ ਪਇਓ ਤਿਸ ਸਿਰ ਮੈਂ, ਇਹ ਸਾਰੀਆਂ ਵਿਚਾਰਾਂ ਕਰਕੇ ਜਿਹੜੇ ਆਪਣੇ ਨਾਲ ਸਾਥ ਵਾਲੇ ਚੇਲੇ ਵਾਲੇ ਉਹਨਾਂ ਨੇ ਸਿੱਖਿਆ ਕੀਤਾ ਕਿ ਆਪਾਂ ਨੂੰ ਇਸ ਤਰ੍ਹਾਂ ਕਰਦਾ ਹੈ ਕਰਕੇ ਆਪਣਾ ਬਾਦਸ਼ਾਹ ਕਹਿਦਾ ਹੈ ਸਤਿਗੁਰਾਂ ਦੇ ਨਾਲ ਜੰਗ ਹੋਈ ਹੈ ਸਤਿਗੁਰੂ ਜਾਣ ਤੋਂ ਬਾਅਦ ਇਸ ਤਰ੍ਹਾਂ ਆਪਣੇ ਮਿੱਤ ਵਰਤੀਆਂ ਦੇ ਨਾਲ ਸਲਾਹ ਕਰਕੇ ਉਸ ਵਕਤ ਕਵੀ ਸੀ ਕਿ ਉਹਨੇ ਇੱਕ ਪੱਤਰਕਾਰ ਲਿਖੀ ਚਿੱਠੀ ਲਿਖਣਾ ਕੀਤੀ ਹੈ ਸਾਹਿਬਾਨ ਪਾਤਸ਼ਾਹ ਵੱਲ ਹਜ਼ਰਤ ਅਨੁਸਾਰੇ ਉੱਤੇ ਲਿਖਣਾ ਕੀਤਾ ਹੈ ਬਾਦਸ਼ਾਹ ਸਲਾਮਤ ਅਸੀਂ ਸਦਾ ਹੀ ਜਿਵੇਂ ਤੁਹਾਡੇ ਅਨੁਸਾਰੀ ਹੋ ਕਰਕੇ ਜਿਵੇਂ ਤੁਸੀਂ ਦੂਸਰੇ ਲੋਕਾਂ ਦੇ ਉੱਤੇ ਆਪਣੀ ਹਕੂਮਤ ਕਰੋਗੇ ਨਾ ਉਸੇ ਤਰ੍ਹਾਂ ਅਸੀਂ ਤੁਹਾਡੀ ਹਕੂਮਤ ਨੂੰ ਪ੍ਰਵਾਨ ਕਰਾਂਗੇ ਜੋ ਤੁਹਾਡਾ ਹੁਕਮ ਹੋਵੇ ਜੋ ਤੁਹਾਡਾ ਕਹਿਣਾ ਹੋਵੇਗਾ ਮੈਂ ਧੀਰ ਮਲ ਅਤੇ ਮੇਰੇ ਜਿੰਨੇ ਵੀ ਰਹਿਣ ਵਾਲੇ ਮਿੱਤ ਵਰਤੀ ਨੇ ਉਹ ਸਾਰੇ ਆਪ ਜੀ ਦੇ ਹੁਕਮ ਦੀ ਪਾਲਣਾ ਕਰਾਂਗੇ। ਯਥਾ ਅਪਰ ਖਲਕਤ ਹੈ ਸਾਰੀ, ਜਿਵੇਂ ਤੁਹਾਨੂੰ ਦੂਸਰੀ ਸਾਰੀ ਖਲਕਤ ਤੁਹਾਡੀ ਕਰਦਾ ਤੁਹਾਨੂੰ ਇਹ ਟੈਸਟ ਦਿੰਦੀ ਹੈ ਤੁਹਾਡੇ ਹੁਕਮ ਦੀ ਪਾਲਣਾ ਕਰਦੀ ਹੈ ਤੁਹਾਡੀ ਦੂਸਰੀ ਖਲਕਤ ਕਰਦਾ ਅਸੀਂ ਤੁਹਾਡੇ ਤੋਂ ਬਾਗੀ ਹੋ ਕੇ ਨਹੀਂ ਚੱਲਣਾ ਤੁਹਾਡੇ ਕਹਿ ਅਨੁਸਾਰ ਚੱਲਾਂਗੇ ਅਤੇ ਜਿਵੇਂ ਤੁਹਾਡਾ ਹੁਕਮ ਹੋਵੇਗਾ ਉਹਦੀ ਪਾਲਣਾ ਕਰੇਗਾ। ਅਸੀਂ ਤੁਹਾਡੇ ਤੋਂ ਸਰਕਾਰ ਤੋਂ ਕਦੇ ਰਾਜ ਅਤੇ ਬਾਕੀ ਜੋ ਤੁਹਾਡਾ ਹੁਕਮ ਹੋਵੇਗਾ ਧੀਰਮਾਲ ਨੇ ਲਿਖਣਾ ਤਾਂ ਉਹਦੀ ਸਿਰ ਮੱਥੇ ਪ੍ਰਵਾਨ ਹੈ ਪਠਿਓ ਦੂਤ ਲਵ ਪੁਰ ਕੋ ਧਾਇਓ। ਇਸ ਤਰ੍ਹਾਂ ਪੱਤਰਕਾਰ ਲਿਖ ਕਰਕੇ ਤਾਂ ਧੀਰਮਾਲ ਨੇ ਇੱਕ ਦੂਤ ਉਹਨੇ ਤਿਆਰ ਕੀਤਾ ਪੱਤਰਕਾਰ ਦੇ ਕਰਕੇ ਅਤੇ ਲਾਹੌਰ ਵੱਲ ਨੂੰ ਤੋਰਨਾ ਕੀਤਾ ਕਿ ਜਾ ਕਰਕੇ ਇਹ ਜਿਹੜੀ ਪੱਤਰਕਾਰ ਹੈ ਇਹ ਬਾਦਸ਼ਾਹ ਸਲਾਮਤ ਦੇ ਕੋਲ ਪਹੁੰਚਾ ਦੇਣਾ ਸਾਰੇ ਆਪਣੇ ਸਕਲ ਸਾਹੋ ਸੁਣ ਪਾਇਓ। ਇਸ ਦੂਤ ਦੇ ਪਹੁੰਚਣ ਤੋਂ ਪਹਿਲਾਂ ਜਿਹੜਾ ਚਿੱਠੀ ਲੈ ਕਰਕੇ ਜਾਣ ਵਾਲਾ ਮਨੁੱਖ ਇਹਦੇ ਜਾਣ ਤੋਂ ਪਹਿਲਾਂ ਹੀ ਬਾਦਸ਼ਾਹ ਨੇ ਸਾਰਾ
ਦਿੱਲੀ ਤੋਂ ਬਾਹਰ ਜਾਣਾ ਪਿਆ ਜਦੋਂ ਉਹਦੇ ਰਾਜ ਭਾਗ ਦੇ ਉੱਤੇ ਮਾੜਾ ਸਮਾਂ ਆ ਗਿਆ ਹੈ। ਪਹੁੰਚਿਓ ਸ੍ਰੀ ਅੰਗਦ ਦੇ ਪਾਤਸ਼ਾਹ। ਉਹ ਵੀ ਆਪਣੇ ਸਲਾਹਕਾਰਾਂ ਦੇ ਬਚਨ ਮੰਨ ਕੇ ਉਹਨਾਂ ਦੀ ਸਲਾਹ ਮੰਨ ਕਰਕੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇਖੋ ਖਡੂਰ ਸਾਹਿਬ ਦੀ ਧਰਤੀ 'ਤੇ ਆਣ ਕੇ ਹਮਾਇਉਂ ਬਾਦਸ਼ਾਹ ਨੇ ਵੀ ਝੋਲੀ ਅੱਡੀ ਹੱਥ ਪੱਲਾ ਜੋੜਿਆ ਕਿ ਬਾਬਾ ਰਾਜ ਭਾਗ ਕਰਨ ਵਾਲੇ ਸਾਡੇ ਕੱਖਾਂ 'ਤੇ ਹੌਲੇ ਕਰਕੇ ਉਹਨਾਂ ਦੇ ਸਾਥ ਬਾਹਰ ਕਰ। ਅਤੇ ਉਹ ਵੀ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਆਣ ਕਰਕੇ ਬੇਨਤੀਆਂ ਕਰਦਾ ਹੈ ਕਿ ਤਿੰਨ ਕੇ ਵਾਰ ਲੈ ਕਰ ਪਾਤਸ਼ਾਹੇ। ਸਤਿਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵਰ ਦੇ ਨਾਲ ਉਹਨਾਂ ਦੀ ਬਖਸ਼ਿਸ਼ ਦੇ ਨਾਲ ਇੱਕ ਮੁੜ ਕੇ ਹਮਾਇਉਂ ਬਾਦਸ਼ਾਹ ਫਿਰ ਜਾ ਕੇ ਦਿੱਲੀ ਦੇ ਤਖ਼ਤ 'ਤੇ ਕਾਬਜ਼ ਹੋਇਆ ਕਰਿਓ ਰਾਜ ਬਦ ਅਵਨੀ ਮਾਹੀ। ਫਿਰ ਉਸ ਨੂੰ ਸਤਿਗੁਰਾਂ ਦੀ ਬਖਸ਼ਿਸ਼ ਪ੍ਰਾਪਤ ਕਰਕੇ ਧਰਤੀ ਦੇ ਉੱਤੇ ਬਹੁਤ ਵੱਡਾ ਰਾਜ ਬਣਾਇਆ ਸੀ। ਮਤਵੰਤ ਬਦ ਅਕਬਰ ਭਏ। ਉਹਦੇ ਤੋਂ ਬਾਅਦ ਹਮਾਇਉਂ ਬਾਦਸ਼ਾਹ ਤੋਂ ਬਾਅਦ ਬੜਾ ਸਿਆਣਾ ਜਵਾਨ ਹੋਇਆ ਹੈ ਅਕਬਰ ਬਾਦਸ਼ਾਹ। ਸ੍ਰੀ ਗੁਰ ਅਮਰ ਆਰਾਧਨ ਕਹੇ। ਉਸ ਨੇ ਬੜੀ ਭਾਵਨਾ ਦੇ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਧਿਆਇਆ ਹੈ ਸਿਮਰਿਆ ਤੇ ਯਾਦ ਕਰਦਾ ਸੀ ਅਕਬਰ ਬਾਦਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਦੇਖ ਕੇ ਕਿਤੇ ਹਿੰਮਤ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਕਰਕੇ ਬੇਨਤੀ ਕਰਦੇ ਮਹਾਰਾਜ ਤੁਹਾਡੇ ਕੋਲ ਵੱਡੇ ਸਤਿਗੁਰਾਂ ਦੀ ਬਖਸ਼ਿਸ਼ ਹੈ ਵਾਰਸ ਹੈ ਅਤੇ ਤੁਸੀਂ ਨਿਮਾਣਿਆਂ ਦੇ ਨਾਲ ਲਤਾਣਿਆਂ ਦੇ ਨਾਲ ਰੇਤਿਆਂ ਦੀ ਜੋਤ ਦੇ ਆਸਰਿਆਂ ਦੇ ਆਸਰੇ ਅਤੇ ਆਪ ਜੀ ਤੁਹਾਡੇ ਕੋਲ ਬੱਚਿਆਂ ਸਮਰੱਥਾ ਹੈ ਅਤੇ ਕਿਰਪਾ ਕਰੋ ਜੀਵਨ ਰਾਜ ਗੁਰੂ ਰਾਜ ਭਾਗ ਦੇ ਅਕਬਰ ਬਾਦਸ਼ਾਹ ਵੀ ਕਦੇ ਇਸ ਕਰਕੇ ਆਣ ਕੇ ਪਿੰਡ ਵਾਲੀ ਤਰਫ ਦੀ ਧਰਤੀ 'ਤੇ ਆਣ ਕਰਕੇ ਝੋਲੀਆਂ ਅਟਨਾ ਕਰਦਾ ਸੀ। ਨਿਰਕਾਰ ਭੇਟ ਪਰਗਣਾ ਕੀਨਾ। ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਕਰਕੇ ਨਾ ਅਕਬਰ ਬਾਦਸ਼ਾਹ ਨੇ ਅਤੇ ਸਤਿਗੁਰਾਂ ਨੇ ਬਹੁਤਾਤ ਵੱਡੀ ਗਿਣਤੀ ਦੀ ਜ਼ਮੀਨ ਜਾਇਦਾਦ ਪਿੰਡਾਂ ਦੇ ਪਤੇ ਇਸ ਕਰਕੇ ਦਿੱਤੇ ਸਨ ਤਿੰਨ ਪ੍ਰਸੰਨਤਾ ਤੇ ਸੁਖ ਲੀਨਾ। ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਇਆ ਅਤੇ ਜਿਹੜੀ ਅੱਗੇ ਅੱਗੇ ਪਾਤਸ਼ਾਹ ਦੇ ਵਿਛਾਈ ਦੀ ਸੀ ਉੱਤੇ ਪਾਸੇ ਹੋ ਕਰਕੇ ਮੈਂ ਪਾਤਸ਼ਾਹ ਬਣ ਕੇ ਨਹੀਂ ਇਸ ਡਰ ਕੇ ਅੱਜ ਸੇਵਕ ਬਣ ਕੇ ਆਇਆ ਤਾਂ ਮਾਣਾ ਬਣ ਕੇ ਆਇਆ ਗੁਰੂ ਅਮਰਦਾਸ ਪਾਤਸ਼ਾਹ ਦਾ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚੋਂ ਲੰਗਰ ਪ੍ਰਸ਼ਾਦਾ ਛੱਕ ਕੇ ਖੁਸ਼ ਹੋ ਕੇ ਪ੍ਰਸ਼ਾਦ ਹੋ ਕਰਕੇ ਧਰਤੀ ਪਿਤਾ ਦੇ ਚਰਨਾਂ ਵਿੱਚ ਮਹਾਰਾਜ ਤੇਰੀ ਸੇਵਾ ਅਤੇ ਖੈਰ ਮੇਰੀ ਝੋਲੀ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇੰਨੀ ਵੱਡੀ ਮਹਾਨ ਬਖਸ਼ਿਸ਼ ਲੈ ਕਰਕੇ ਕਿ ਪਤਾ ਹੀ ਨਗਰਾਂ ਦਾ ਜ਼ਮੀਨ ਜਾਇਦਾਦ ਦਾ ਪਿੰਡਾਂ ਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਇਸ ਕਰਕੇ ਦੇਣਾ ਕੀਤਾ ਮਨ ਸ੍ਰੀ ਅਰਜਨ ਹਰ ਗੋਬਿੰਦ। ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਰੀਬ ਨਿਵਾਜ ਸਤਿਗੁਰੂ ਜੀ ਮਿਲਿਓ ਪਦਰ ਤਵ ਦਵੈ ਕਰ ਬੰਦ। ਜਿਹਦੇ ਉੱਤੇ ਸਾਡੇ ਪਿਤਾ ਜਾਂ ਗੁਰੂ ਪਾਤਸ਼ਾਹ ਉਹ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਸੀਸ ਝੁਕਾਉਂਦਾ ਹੈ ਜੀ। ਬਾੜ ਸਤੀ ਆਦਕ ਦੁੱਖ ਭਾਰੇ। ਜਦੋਂ ਜੋਤੀ ਨੇ ਕਿਹਾ ਸੀ ਨਾ ਤੇ ਚਾਲ ਜੀ ਬਣਾ ਕਰਕੇ ਚੰਡੀ ਨੇ ਕਿਹਾ ਸੀ ਕਿ ਤੁਸੀਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਕੈਦ ਕੀਤਾ ਉਹਦੀ ਸਾਧ ਸਤੀ ਦਾ ਬਹਾਨਾ ਜਿਹਾ ਬਣਾਇਆ ਉਹਦੇ ਬਾਰੇ ਕਵੀ ਫਿਕਰ ਕਰ ਕਹਿਣ ਲੱਗੇ ਵਜ਼ੀਰ ਖਾਂ ਕਹਿੰਦਾ ਕਦੇ ਤੁਹਾਡੇ ਬਾਜ ਪਟੇਰਿਆਂ ਅਤੇ ਸਾਧ ਸਤੀ ਦਾ ਸਮਾਂ ਆਇਆ ਦੱਸਿਆ ਸੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਸਾਧ ਸਤੀ ਨਿਯੁਕਤੀ ਕੀਤੀ ਗੁਰ ਪ੍ਰਸੰਨ ਕਰ ਸਕਲ ਨਿਵਾਰੇ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪ੍ਰਸੰਨ ਕਰ ਸਾਰੇ
जबकि तुम पातशाहत पाई। अनेक बार ही रार मचाई। बहु नुकसान तुम्हारा भयो, लाखों हो लश्कर तह थप गए हो।
ਇਸਦੇ ਉੱਤੇ ਸੱਤ ਫੇਰਿਆ ਕਰਦੇ ਸਨ, ਇਹਦੇ ਮੁਖ ਦੇ ਉੱਤੇ ਸੱਤ ਫੇਰਿਆ ਕਰਦੇ, ਆਪਣੀ ਗੋਡੀ ਦੇ ਉੱਤੇ ਸਦਾ ਰੋਲਦੇ ਖੁੱਲਦੇ ਹੋਏ ਜਾਂਦੇ। ਪਰ ਇਹ ਨਮਕ ਹਰਾਮੀ ਹੋ ਗਿਆ ਜਿਹੜਾ ਜੱਟਾ ਜਰਨੈਲ ਸਮੇਤ ਘੋੜੇ ਦੇ ਸਵਾਰ ਦੇ ਸਮੇਤ ਘੋੜੇ ਨੂੰ ਚੁੱਪ ਕਰਕੇ ਧਰਤੀ ਤੋਂ ਥੱਲੇ ਇੱਡੇ ਵੱਡੇ ਵੱਡੇ ਦਲ ਵਾਲੇ ਜਿਹੜੇ ਜਰਨੈਲ ਸਨ, ਉਮਰੋ ਲਸ਼ਕਰ ਕਰ ਅਨੁਗਾਮੀ, ਉਹਨੂੰ ਤੁਹਾਡੀ ਫੌਜ ਨੂੰ ਕਹਿੰਦੇ ਸਾਰੇ ਗੁਮਰਾਹ ਕਰਕੇ ਇੱਡੀ ਵੱਡੀ ਭਾਰੀ ਗਿਣਤੀ ਦੇ ਵਿੱਚ ਆਪਣੀ ਫੌਜ ਕਰਵਾ ਦਿੱਤੀ ਹੈ। ਮਰੇ ਹੋ ਜਾਏ ਕੁਛ ਸਰੀ ਨਾ ਸਾਰਾ, ਉਹ ਕਹਿੰਦੇ ਥਾਂ ਆਪ ਵੀ ਮਰ ਗਿਆ, ਤੇ ਨਾ ਕੋਈ ਚਾਰ ਸਾਡਾ ਹੀ ਸਹਿ ਰਿਹਾ ਤੇ ਨਾ ਕੁਛ ਕਹਿੰਦੇ। ਜੋ ਕਹਿੰਦੇ ਥਾਂ ਦੇ ਮਨ ਦੇ ਵਿੱਚ ਚਾਹੇ ਕੋਈ ਵੀਰ ਸਿੰਘ ਚਾਹੇ ਕੋਈ ਪੂਰੀ ਨਾ, ਉਹਦੇ ਮਨ ਦੇ ਵਿੱਚ ਇਹ ਸੀ ਕਿ ਮੈਂ ਬਾਦਸ਼ਾਹ ਦੇ ਵੱਲੋਂ ਤੁਰਕਾਂ ਦੇ ਫੌਜ ਦੇ ਵੱਲੋਂ ਜੰਗ ਕਰਾਂਗਾ, ਯੁੱਧ ਕਰਾਂਗਾ, ਤੇ ਗੁਰੂ ਨੂੰ ਪਤਾ ਲੱਗ ਜਾਵੇਗਾ ਕਿ ਕਹਿੰਦੇ ਥਾਂ ਦੇ ਘਾਟ ਤੇ ਨਾ ਤਾਂ ਕਹਿੰਦੇ ਥਾਂ ਦਾ ਇਹ ਸੁਪਨਾ ਪੂਰਾ ਹੋਇਆ, ਆਪ ਵੀ ਕਹਿੰਦੇ ਥਾਂ ਮਰ ਗਿਆ, ਨਾਲ ਹੋਰ ਜਰਨੈਲ ਵੀ ਮਰਵਾ ਦਿੱਤੇ, ਨਾਲ ਹੋਰ ਸਾਡੀ ਬਾਦਸ਼ਾਹ ਸਲਾਮਤ ਫੌਜ ਵੀ ਮਰਵਾ ਦਿੱਤੀ ਹੈ। ਏ ਔਰ ਸੰਗਲ ਰਹਿ ਜਗ ਸਾਰਾ, ਤੇ ਆਖਿਰਕਾਰ ਵਜ਼ੀਰ ਖਾਨ ਕਹਿਣ ਲੱਗਾ ਕਿ ਗੁਰੂ ਦੇ ਨਾਲ ਸਾਰਾ ਜਗ ਸਾਰਾ ਸੰਸਾਰ ਯੁੱਧ ਕਰ ਲਵੇ, ਤਉ ਨ ਜੀਤ ਸਕੈ ਮਰ ਰਹਿ, ਤੇ ਸਾਡੇ ਵਰਗੇ ਜਿੰਨੇ ਮਰਦੀ ਇਕੱਠੇ ਹੋ ਕਰਕੇ ਚੜ੍ਹ ਕੇ ਚਲੇ ਜਾਣ, ਤੇ ਬਾਦਸ਼ਾਹ ਕਦੇ ਅੱਖਿਆ ਦੇ ਸਮਰੱਥ ਗੁਰੂ ਤੇ ਜਿੱਤ ਨਹੀਂ ਪ੍ਰਾਪਤ। ਸਾਡੀ ਮੌਤ ਤਾਂ ਹੋ ਸਕਦੀ ਹੈ, ਮਰ ਤਾਂ ਸਕਦੇ ਹਾਂ, ਪਰ ਸਾਡੀ ਜਿੱਤ ਨਹੀਂ ਪ੍ਰਾਪਤ ਹੋ ਸਕਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਦਰ ਹੈ, ਤਹਾਂ ਬਾਤ ਤੁਮ ਲਸ਼ਕਰ ਆਹੈ। ਤੇ ਤੁਸੀਂ ਇਕੱਲੀ ਆਪਣੀ ਥੋੜ੍ਹੀ ਜਿਹੀ ਫੌਜ ਦੀ ਚਰਚਾ ਕਰਦੇ ਤੇ ਕਰੋੜਾਂ ਦੇ ਵਿੱਚ ਆਪਣੀ ਜਿਹੜੇ ਸਮੇਤ ਪਰਜਾ ਦੇ ਵੀ ਚੜ੍ਹ ਕੇ ਚਲੇ ਗਏ, ਗੁਰੂ ਅਰਜਨ ਸਾਹਿਬ ਜੀ ਜਿੱਤ ਨਹੀਂ ਸਕਦੇ। ਇੱਥੇ ਆਦਿਕ ਜਾਪ ਕਰਕੇ ਬਾਤੇ, ਜਦੋਂ ਇਸ ਤਰ੍ਹਾਂ ਬਚਨ ਕਰਨਾ ਕੀਤੇ ਨੇ, ਵਜ਼ੀਰ ਖਾਨ ਨੇ ਸਾਰੇ ਕਪਾੜ ਖੋਲ ਦਿੱਤੇ ਬਾਦਸ਼ਾਹ ਸਾਹਿਬਾਂ ਦੇ, ਤਬ ਲਾ ਧੀਰ ਮਨ ਕੀ ਪਾਤੇ, ਇੰਨੇ ਚਿਰ ਨੂੰ ਕਵੀ ਜੀ ਕਹਿੰਦੇ ਧੀਰ ਮਨ ਦਾ ਪੱਤਰ ਵੀ ਪਹੁੰਚ ਗਿਆ ਹੈ, ਨਹੀਂ ਦੂਤਨ ਆਗੈ ਧਰਕੈ। ਤੇ ਜਿਹੜਾ ਦੂਤ ਜੀ ਭੇਜਿਆ ਹੋਇਆ ਮਨੁੱਖ, ਉਹਨੂੰ ਧੀਰ ਮਨ ਦੀ ਬੁੱਧੀ ਲਈ ਪੱਤਰਤਾ ਉਹ ਸਾਹਮਣੇ ਲਿਆ ਕਰਕੇ ਰੱਖਣਾ ਕੀਤੀ ਹੈ। ਹਾਂ ਵਜ਼ੀਰ ਸਗਰੀ ਪਾਠ ਕਰਕੇ, ਉਹ ਜਦੋਂ ਪੱਤਰਕਾਰ ਨੇ ਇਸ ਚਿੱਠੀ ਨੂੰ ਵਜ਼ੀਰ ਖਾਨ ਨੇ ਪੜ੍ਹਨਾ ਕੀਤਾ, ਦੇਖਿਆ ਉਹ ਚਿੱਠੀ ਲਿਖਿਆ ਹੈ, ਇਸ ਮੈਂ ਭਇਓ ਕਹਾ ਇਨਕੀਨ। ਉਹ ਪੱਤਰਕਾਰ ਇਸ ਚਿੱਠੀ ਨੂੰ ਪੜ੍ਹ ਕਰਕੇ ਵਜ਼ੀਰ ਖਾਨ ਬੜਾ ਹੈਰਾਨ ਹੋਇਆ, ਬੜਾ ਜ਼ਿਆਦਾ ਉਹਦੇ ਚਿੱਤ ਦੇ ਵਿੱਚ ਚੰਗਾ ਲੱਗਾ ਕਿ ਕੀ ਲਿਖਿਆ ਹੋਇਆ ਉਹਦੇ ਪੱਤਰਕਾਰ ਦੇ ਉੱਪਰ। ਗੁਰ ਪੌਤਰਾ ਇਹ ਭਏ ਅਧੀਨ, ਗੁਰੂ ਦਾ ਪੋਤਰਾ ਹੋਵੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪੋਤਰਾ ਧੀਰ ਮਨ, ਤੇ ਤੁਸੀਂ ਬਾਦਸ਼ਾਹ ਦੇ ਵੱਲ ਲਿਖੇ ਕਿ ਮੈਂ ਤੇਰੇ ਅਧੀਨ ਹੋ ਕਰਕੇ ਚੱਲਾਂਗਾ, ਤੇਰੀ ਆਗਿਆ ਦੇ ਵਿੱਚ ਰਹਾਂ। ਇਹ ਜਿਹੜੇ ਲਿਖੇ ਹੋਏ ਬੋਲ ਚਿੱਠੀ ਦੇ ਉੱਤੇ ਲਿਖੇ ਹੋਏ ਸ਼ਬਦ ਤੇ ਪੜ੍ਹ ਕਰਕੇ ਵਜ਼ੀਰ ਖਾਨ ਬੜਾ ਹੈਰਾਨ ਹੋਇਆ ਹੈ। ਨਹੀਂ ਸਾਹੂ ਕੋ ਬਨ ਹੈ ਸੁਨਾਵਨ, ਤੇ ਵਜ਼ੀਰ ਖਾਨ ਸੋਚਦਾ ਇਹ ਜੋ ਲਿਖਿਆ ਹੋਇਆ ਨਾ ਧੀਰ ਮਨ ਦਾ, ਇਹ ਪੜ੍ਹ ਕਰਕੇ ਸੁਣਾਉਣਾ ਬਾਦਸ਼ਾਹ ਨੂੰ ਇਸ ਵਕਤ ਠੀਕ ਨਹੀਂ ਹੈ, ਕੌਣ ਕੌਣ ਕਰ ਹੈ ਨਾ ਜੰਗ ਮਚਾਵਨ। ਕਿਉਂਕਿ ਜਿਹੜੇ ਰਾਜੇ ਮਹਾਰਾਜੇ ਬਾਦਸ਼ਾਹ ਲੋਕ ਨੇ ਕੰਨਾਂ ਦੇ ਪੱਕੇ, ਇਹਨਾਂ ਦਾ ਕੋਈ ਦੀਨ ਮਤ ਨਹੀਂ ਹੁੰਦਾ, ਕੋਈ ਪਤਾ ਨਹੀਂ ਕਿਹੜੇ ਵੇਲੇ ਦਾ ਕਿੱਧਰ ਨਹੀਂ ਹੁੰਦਾ। ਐਸੇ ਐਸੇ ਦਾ ਸਮਾਂ ਨਹੀਂ ਭੂਮਿਕਾ ਤੇ ਆਇਆ ਕਿ ਉਸ ਘਰ ਦੇ ਮਨ ਚਾਲਾਂ ਕਰਦੇ ਹਨ, ਉਸ ਘਰ ਦੇ ਉੱਤੇ ਵਾਰ ਕਰਨ ਵਾਸਤੇ ਚੜ੍ਹ ਕਰਕੇ, ਜਿਸ ਪਰਜਾ ਦੇ ਕੋਲ ਮਿਣਤਾਂ ਕਰ ਕਰਕੇ ਘੋੜੀਆਂ ਅੱਡ ਕਰਕੇ ਕੰਨਾਂ ਨੂੰ ਹੱਥ ਲਾ ਲਾ ਕੇ ਆਪਣੀਆਂ ਵੋਟਾਂ ਮੰਗਦੇ ਨੇ, ਉਸ ਪਰਜਾ ਦੇ ਉੱਤੇ ਲਾਠੀ ਚਲਾਉਣ ਲੱਗਿਆ ਕਿ ਆਪਾਂ ਉਸ ਦੇ ਵਿਰੋਧ ਨਹੀਂ ਕਰ, ਨਾ ਕਦੇ ਸਿਆਣੇ ਵੱਲ ਵੇਖਣ, ਨਾ ਕਦੇ ਕਿਸੇ ਦੇ ਨਿਆਣੇ, ਕਿਉਂਕਿ ਉਹਨਾਂ ਦਾ ਕੋਈ ਦੀਨ, ਕੋਈ ਮਜ਼ਹਬ, ਕੋਈ ਧਰਮ, ਕੋਈ ਇਮਾਨ ਇਹਨਾਂ ਦਾ ਸਿੱਧਾ ਹੀ ਸੀ। ਦੁਨੀਆਂ ਵਾਸਤੇ ਪਰਜਾ ਵਾਸਤੇ ਕਾਨੂੰਨ ਹੁੰਦੇ ਨੇ, ਆਪ ਜੀ ਉਹਨਾਂ ਦਾਨ ਕਰਿਆ ਤਾਂ ਕਿਸੇ ਦੇ ਪੱਤੇ। ਤੇ ਵਜ਼ੀਰ ਖਾਨ ਸੋਚਦਾ ਕਿ ਇਹ ਬਾਦਸ਼ਾਹ ਸਾਹਿਬ ਕੰਨਾਂ ਦਾ
ਤੇ ਫਿਰ ਇਹਦੇ ਮਨ ਦੇ ਵਿੱਚ ਗੱਲ ਆ ਜਾਵੇ ਕਿ ਦੇਸ਼ ਦਾ ਪੋਤਰਾ ਤੇ ਮੇਰੇ ਅਧੀਨ ਹੋਇਆ, ਮੈਨੂੰ ਲਿਖ ਕਰਕੇ ਪੱਤਰ ਕਰ ਦੇ ਰਿਹਾ, ਮੈਂ ਤੇਰੇ ਅਧੀਨ ਹੋ ਚੁੱਕਾ। ਇਹਦੀ ਕਿਤੇ ਮੱਤ ਫੇਰ ਨਾ ਪੈਦਾ ਖਾ ਜਾਵੇ। ਕਹਿਓ ਸਾਹੋ ਸੋ ਸਤ ਮਹਿ ਲਿਖੇ। ਤੇ ਸੋਚਦਾ ਜ਼ਰੂਰ ਹੈ ਕਿਤੇ ਫੇਰ ਨਾ ਸੋਚੇ ਕਿ ਮੈਂ ਜੰਗ ਕਰਾਂ, ਜੰਗ ਕਰਕੇ ਫਿਰ ਇਹਦੇ ਮਨ ਦੇ ਵਿੱਚ ਆਵੇ, ਚੜ੍ਹ ਕਰਕੇ ਗੁਰੂ ਵੱਲ ਨੂੰ ਫਿਰ ਕਿਰਪਾ ਕਰਕੇ ਫੌਜ ਫਿਰ ਭੇਜ। ਇਹ ਸਾਰਾ ਕੁਝ ਵਿਚਾਰ ਕਰਕੇ ਕਿ ਵਜ਼ੀਰ ਖਾਂ ਕਹਿਣਾ ਕਿਰਪਾ ਸਾਰਾ ਕੁਝ ਖੱਤ ਦੇ ਵਿੱਚ ਲਿਖਿਆ ਹੈ ਕਿ ਸਾਨੂੰ ਚੜ੍ਹ ਕਰਕੇ ਸੁਣਾਉਂਦਾ ਹੈ। ਮਰਿਓ ਤੋ ਰੰਗ ਦੁਤੀਏ ਰਣ ਬਿਖੇ। ਇਹ ਕਹਿਣ ਲੱਗਾ ਕਿ ਇਹਦੇ ਵਿੱਚ ਲਿਖਿਆ ਹੈ ਕਿ ਜਿਹੜੇ ਦੋ ਘੋੜੇ ਬਾਬਾ ਬੁੱਧੀ ਚੰਦ ਆਪਣੇ ਤੋਂ ਲੈ ਕੇ ਗਿਆ ਉਹ ਲਿਖਾ ਰਿਹਾ, ਉਹਦੇ ਵਿੱਚ ਇੱਕ ਘੋੜਾ ਪਹਿਲਾਂ ਚੜ੍ਹਾਈ ਕਰ ਗਿਆ ਅਤੇ ਦੂਜਾ ਜਿਹੜਾ ਭਾਈ ਜਾਣਾ ਉਹ ਵੀ ਜਿਹੜਾ ਘੋੜਾ ਉਹ ਚੱਲ ਬੈਠਿਆ ਚੜ੍ਹਾਈ ਕਰ ਗਿਆ ਹੈ। ਕੌਣ ਭਰੇ ਖੱਲੜੇ ਇਹੋ ਸਵਾਸ। ਇਹ ਸਾਰੀਆਂ ਗੱਲਾਂ ਵਜ਼ੀਰ ਖਾਂ ਕਰਕੇ ਕਹਿੰਦੇ ਆਪਣੇ ਕੋਲੋਂ ਬੋਲ ਬੋਲ ਕੇ ਬਾਦਸ਼ਾਹ ਨੂੰ ਦੱਸ ਕਹਿਣ ਲੱਗਾ ਕਿ ਘੋੜੇ ਬਾਰੇ ਜ਼ਿਕਰ ਕੀਤਾ ਕਿ ਆਪਣਾ ਦੂਸਰਾ ਘੋੜਾ ਵੀ ਮਰ ਗਿਆ, ਤੇ ਨਾਲ ਇਹ ਵੀ ਕਹਿਣਾ ਕੀਤਾ ਕਿ ਸਾਹ ਭਰੀ ਖੱਲ ਹੈ, ਇਹਦਾ ਕੀ ਭਰੋਸਾ ਵੀ ਕਦੋਂ ਸਾਹ ਆਵੇ ਨਾ ਆਵੇ। ਇਹ ਤਾਂ ਮਿੱਟੀ ਦੇ ਬਣੇ ਹੋਏ ਸਾਰੇ ਜੀਵ ਜੰਤੂ ਨੇ, ਇਹਨਾਂ ਦਾ ਬਹੁਤ ਭੁੱਖੇ ਜਾਣਾ ਕਰਨਾ ਚਾਹੀਦਾ, ਸੋ ਬਹੁਤੀ ਜ਼ਿਆਦੀ ਕਿਤੇ ਗੱਲ ਬੋਲਦੇ ਨਹੀਂ ਕਰਨੀ ਚਾਹੀਦੀ, ਇਨਕੇ ਜੀਵਨ ਸਮਾਜ ਸਾਥ। ਕਿਉਂਕਿ ਜਿਹੜੀ ਸਾਹ ਵਾਲੀ ਕੋਈ ਵੀ ਜੀਵਨ ਹੈ ਇਹਦਾ ਭਰੋਸਾ ਹੈ। ਇਸ ਤੇ ਧੀ ਤੁਮ ਰੋਸ ਨਿਵਾਰੋ। ਇਸ ਕਰਕੇ ਬਾਦਸ਼ਾਹ ਸਲਾਮਤ ਜਿਹੜਾ ਘੋੜਿਆਂ ਦਾ ਤੇ ਸਾਡੇ ਦੇਸ਼ ਦੀ ਨਾ ਪੂਰੀ ਨਿਰਤ ਕਰ ਲੈਣਾ ਕਰੇ। ਨਿਮਰ ਹੋਏ ਅਬ ਬੰਧਨ ਧਾਰੋ। ਤੇ ਹੁਣ ਤੁਸੀਂ ਇਸ ਤਰ੍ਹਾਂ ਕਰੋ ਕਿ ਬੜੀ ਨਿਮਰਤਾ ਦੇ ਨਾਲ ਬੜੀ ਭਾਵਨਾ ਦੇ ਸਾਹਿਤ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਵੀ ਕਰੋ। ਯਥਾ ਵਧੇਰੇ ਮਾਨਤ ਰਹੇ। ਜਿਵੇਂ ਤੁਹਾਡੇ ਬਾਬਾ ਜੀ ਪਹਿਲਾਂ ਮੰਨਦੇ ਰਹੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਘਰ ਤਥਾ ਆਪ ਤੋਂ ਲਾਇਕ ਆਹੇ। ਇਸੇ ਤਰ੍ਹਾਂ ਤੁਹਾਡਾ ਵੀ ਇਸ ਘਰ ਨੂੰ ਬਣਨਾ ਹੀ ਠੀਕ ਹੈ, ਜਾਇਜ਼ ਹੈ, ਕਿਸੀ ਵਸਤ ਕੀ ਕਮੀ ਨਾ ਤੁਮਕੋ। ਕਿਉਂਕਿ ਤੁਹਾਨੂੰ ਕਿਸੇ ਪਾਸੇ ਕੋਈ ਜਦੋਂ ਪਦਾਰਥ ਦੀ ਕੋਈ ਵਿਅਕਤੀ ਦੀ ਕਮੀ ਨਹੀਂ ਹੈ। ਬਨਹੋ ਸਰਲ ਤਿਆਗ ਹੋ ਗੁਰ ਗਮ ਕੋ। ਹੁਣ ਆਪਣੇ ਸੁਭਾਅ ਨੂੰ ਬਾਦਸ਼ਾਹ ਠੰਡਾ ਕਰਕੇ ਤੇ ਸ਼ਾਂਤ ਚਿੱਤੇ ਨਾਲ ਸੋਚ ਕਰਕੇ ਸਹਿਣ ਚਿੰਤਾ ਘੇਰਾ ਦੇ ਕੇ ਕੱਢ ਕੇ ਨਾ ਕਿ ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਦੇਣਾ ਕਰੀਏ। ਬਾਹਰ ਕੁਟਲਤਾ ਧਾਰ ਹੋ ਨਾਹੀ। ਗੁਰੂ ਸਮਰੱਥ ਹੈ, ਜਾਣੀ ਜਾਣ ਹੈ, ਗੁਰੂ ਦੇ ਨਾਲ ਗੱਲ ਕਰਨਾ ਗੁਰ ਕਰਕੇ ਕਰਨਾ ਕਰਿਓ। ਸੁਖ ਭੋਗ ਹੋ ਆਪਣੇ ਘਰ ਮਾਹੀ। ਤੇ ਆਪਣੇ ਘਰ ਦੇ ਵਿੱਚ ਬਾਦਸ਼ਾਹ ਸਲਾਮਤ ਤੁਸੀਂ ਸੁਖ ਭੋਗਣਾ ਕਰਿਓ। ਸੁਣ ਉਪਦੇਸ਼ ਸਾਹੋ ਮਨ ਫੇਰਿਓ। ਇਹ ਵਜ਼ੀਰ ਖਾਂ ਦੀਆਂ ਸਾਰੀਆਂ ਗੱਲਾਂ ਸੁਣ ਕਰਕੇ ਤੇ ਬਾਦਸ਼ਾਹ ਦਾ ਜਿਹੜਾ ਮਨ ਸੀ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਨਾਲੇ ਸੱਚੇ ਪਾਤਸ਼ਾਹ ਦੇ ਘਰ ਵੱਲ ਨੂੰ ਭਲਿਆ ਹੈ। ਨਿਜ ਕ੍ਰਿਤ ਲਖ ਪਛਤਾਵਨ ਕਰਿਓ। ਆਪਣੇ ਕੀਤੇ ਹੋਏ ਕੰਮਾਂ ਤੇ ਆਪਣੇ ਕੀਤੇ ਹੋਏ ਕਾਰਜ ਸਾਰਾਂ ਤੇ ਪਛਤਾਵਾ ਕੀਤਾ ਹੈ। ਬ੍ਰਿਥਾ ਆਪਣੀ ਸੈਣ ਮਰਾਈ। ਇਹ ਸੋਚਣਾ ਕੀਤਾ ਵਜ਼ੀਰ ਖਾਂ ਕੀ ਕੀ ਚਿੰਤਾ ਕਿ ਉਹਨੇ ਜ਼ਰੂਰ ਹੀ ਆਪਣੀ ਫੌਜ ਕਰਾਉਣਾ ਕੀਤੀ ਹੈ। ਜਿਸ ਤੇ ਕਾਰਜ ਸਰਿਓ ਨਾ ਰਾਈ। ਇੰਨੀ ਫੌਜ ਵੀ ਮਰਵਾ ਲਈ ਸੀ, ਇੱਕ ਰਾਈ ਭਰ ਵੀ ਹੋਇਆ ਕਿ ਕਾਰਜ ਰਾਤ ਨਹੀਂ ਹੋਇਆ। ਸਾਥ ਜੋਰ ਗੁਰ ਦੇਸ਼ਮੁਖ ਤਾਰਕ। ਇਸ ਤਰ੍ਹਾਂ ਸਾਰਾ ਕੁਝ ਸੋਚ ਕਰਕੇ ਵਜ਼ੀਰ ਖਾਂ ਦੇ ਕਹੇ ਹੋਏ ਬੋਲਾਂ ਨੂੰ ਮੰਨ ਕਰਕੇ ਚੰਗੀ ਤਰ੍ਹਾਂ ਮਨ ਦੇ ਵਿੱਚ ਸਹਿਮਤ ਕਰਕੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨਾਲੇ ਸੱਚੇ ਪਾਤਸ਼ਾਹ ਦੀ ਦੂਜਾ ਗੱਲ ਨੂੰ ਉਸ ਕਰਕੇ ਤੇ ਧਰਤੀ ਦੇ ਉੱਤੇ ਨਮਸਕਾਰ ਕਰ ਲੱਗਾ ਹੈ। ਦਾ ਕੀਨ ਧਰਨ ਸਿਰ ਧਰਕ। ਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਨਾਲੇ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਲਾਹੌਰ ਬੈਠੇ ਨੇ ਨਮਸਕਾਰ ਕਰ ਦਿੱਤੀ ਸਤਿਗੁਰਾਂ ਵਾਲੇ ਪਾਸੇ ਨੂੰ ਮੁੱਖ ਕਰਕੇ। ਆਪ ਮੈਂ ਦਰੋਹ ਨਾ ਤੁਮ ਸੰਗ ਕਰਾਂ। ਤੇ ਉੱਥੇ ਬੈਠਾ ਜਿਵੇਂ ਵਜ਼ੀਰ ਖਾਂ ਨੇ ਦੱਸਿਆ ਨਾ ਉੱਥੇ ਕਰੋ। ਕਹਿਣ ਲੱਗਾ ਮਹਾਰਾਜ ਹੁਣ ਮੈਂ ਤੁਹਾਡੇ ਨਾਲ ਕੋਈ ਦਰੋਹ ਨਹੀਂ ਕਰਾਂਗਾ, ਕੋਈ ਧੋਖਾ
या मनाग प्राण देहे मैं तरो उना के ही करंगा जिना के शरीर के विच प्राण सा चल रहे हैं बातचल बात जीवा सब करी ये है सा जाए बात का तेरा महाराज किसी जो हो गया है किसी बच्चे के कृपा के चार भी मेरे बैठे ना करो मोह पर नहीं कोप को तरी तो है। मेरे से किसी भी किस्म का कोई गुस्सा कोई गिला कोई क्रोधी कोई नाराज धारण ना करे रहन तेरे घर में क्या ही सुनो करो मेरे बादशाह हाँ वजीर पाटिल खदीर ते वजीर खान पीरमल की लिखी हुई पत्रिका का जवाब जरा कोई दूसरा देता है पीर मल कहे भेजण कीरा ते हाँ जेड़ा पीरमल का भेजा हुआ मनुष्य केड़े रंग जात भेजना ते पत्रिका दिखी मोर घर सो मैं काहो बिगार है। ओहदे उत्ते लिख देना किसका साथ साथ गुरु घर के नाल है बादशाह शाह जान हूँ कोई भी बिगाड़ नहीं करेगा जंग जो कुछ करेगा बंदन करी पयो अनुसार है। पीरमल के वाल ये लेकर के भेजता कि धरती से मन पुकार करके बादशाह सलाम करें धन गुरु हरगोबिंद साहब हमारे सच्चे पातशाह को खाता जरा वो समर्पित कर देता है लेकर हलकारा टेक आए ये हो। पत्थर का पीरमल की ओदा जवाब लेकर के जदों हकारा जरा दूर के पीरमल दे कोल पहुंचया पाठकार तीर मल हर खाए हो। ये पत्थर का पढ़ करके पीरमल भी बड़ा खुश होया कहा है दिशा इस गेट भी ते बाते सोचते हैं बाबा पीरमल जी की बादशाह के कदों इस तरह की चिट्ठी का पत्रकार का जवाब इस भाषा के विच देना ये बड़ी खुशी वाली गल है। अब कवि गौर कथा सुनो अब दाते। जी कहते हैं इसमें अपने गुरु प्यारी संगत दे धन गुरु हरगोबिंद साहब महाराज सच्चे पातशाह मेरी पीढ़ी के नाल एक सतगुरां का इतिहास उत्तम कथा गुरु की सुचिल कथा एक सरवण करो कीरत पुर को अदक बसायो। तेजी प्रीत सतगुरां ने कीरतपुर साहब की धरती के उत्ते रंग भाग लाए सिख हैं संतन को आनंद ते उपायो। बेअंत ही गुरु दियां सिख संगतां रब के प्यारे भगत जन उन्हां नू आनंद हजूर कीरतपुर साहब की धरती ते दर्शन करदे मन सन हो जाए गुर करहिं अखीर। कदे कदे अपनी मौज दे नाल इक सतगुरु घरे शिकार कर जा ते चढ़दे पक्षियां दा उधार कर होए दे बिहंग मृग दुख ते कनेर। बेअंत ही पंछियां दा जानवरां दा हजूर ने दुखी कीती कल्याण कीती बहु है संगत दर्शन को आवे। बेअंत संगतां जिहड़ियां गुरु के दर्शनां नू चल करके आउंदियां हन तनी बसंत दरब बहु लियावे। बड़े ज्यादा जिहड़े धनवान जिहड़े लखांद ने बहुते धनाढ़ वो संगतां नू लै करके भी कीरतपुर साहिब की धरती ते आउंदे ते धन दौलत भी लै करके आ रहे चार हन हो देश ते गुर की कार। ते चार ही पासे सतगुरु दे घर दियां चार ते धारां गुरु दियां सेवावां लै करके संगत आ रही नित है प्रत आवहि दरब ते उदार। बहुत बेअंत धन जिहड़ा है सतगुरु महाराज सच्चे पातशाह दे घर दे चार है संगतां बेअंत ही धन लै करके कीरतपुर साहिब की धरती ते सहज सत श्री गुरु हरगोबिंद साहिब जी दे दर्शन करदियां रात हन दिवस होए धीरज देख। ते दिन भर रात गुरु का लंगर जिहड़ा है बहुत वड्डा भारी अटुट वरतदा है सजियो जंग रह बिन उद्वेग। हुण हजूर ने जिहड़ी धीर दा पुछा सवाल वो थोड़ा जो शांत करके संत पुरख के विच शांत चित्त हो करके गुजरदे हन मेला लग्यो रहे दरबार। वड्डी भारी गिणती दे विच मेला लग्या रहिंदा सतगुरां दे पावन दरबार विच दर्शन देखे आनंद उदार। सारियां संगतां दर्शन करके चित्त आनंद खुश हो जाता कथा है कीर्तन दिन प्रात ते होए। गुरु के पावन गुरबाणी दा कीर्तन गुरु की वडियाई खुद है सतगुरां के पावन
ਸੁਣ ਸੁਣ ਮਨ ਨਿਰਮਲ ਸਭ ਕੋਏ, ਗੁਰਬਾਣੀ ਦੀ ਸਦਕੀ ਵਿਚਾਰ, ਗੁਰਬਾਣੀ ਦਾ ਕੀਰਤਨ ਸੁਣ ਕਰ ਸਾਰਿਆਂ ਦੇ ਮਨ ਦੀ ਜਿਹੜੀ ਮੈਲਕ ਹੈ ਤੇਰੀ ਬਜ਼ੁਰਗੀ ਹੋ, ਤੇ ਸਭ ਦਾ ਮਨ ਨਿਰਮਲ ਹੋ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਸਭ ਦਾ ਚਿੱਤ ਜੁੜਦਾ ਇੱਕ ਹੈ। ਦਿਨ ਬੈਠੇ ਸਭਾ ਲਗਾਏ, ਇੱਕ ਦਿਨ ਹਜ਼ੂਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਸੋਹਣੇ ਪੁੱਤਰ ਦੀਵਾਨ ਜਾ ਕਰਕੇ ਪ੍ਰਾਪੇ ਸਨ। ਦੂਰ ਦੇਸ਼ ਤੇ ਦਵੈ ਸਿੱਖ ਆਏ, ਤੇ ਦੂਰ ਦੁਰਾਡੇ ਚੱਲ ਕਰਕੇ ਦੋ ਗੁਰੂ ਦੇ ਪਿਆਰੇ ਸਿੱਖ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੱਜੇ ਹੋਏ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਚੱਲ ਕਰਕੇ ਆਏ ਸਨ। ਇਹ ਕੀ ਸੰਗਤ ਲਿਖ ਅਰਦਾਸ, ਤੇ ਉਹਨਾਂ ਦੇ ਸਿੱਖਾਂ ਨੇ ਅਰਦਾਸ ਦੇ ਸਿਰੇ ਕਰਕੇ ਨਾ ਪੱਤਰ ਦੇ, ਤੇ ਉੱਥੋਂ ਦੀ ਸੰਗਤ ਨੇ ਉੱਤਰ ਪ੍ਰਦੇਸ਼ ਇਲਾਕੇ ਦੀ ਜਿਹੜੀ ਸੰਗਤ ਹੈ ਉਸ ਨੇ ਪੱਤਰਿਕਾ ਭੇਜੀ ਪਹੁੰਚਾਈ ਸਤਿਗੁਰ ਕੇ ਪਾਸ। ਉਹਨਾਂ ਗੁਰਸਿੱਖਾਂ ਨੇ ਉੱਤਰ ਪ੍ਰਦੇਸ਼ ਦੀ ਧਰਤੀ ਤੋਂ ਚੱਲ ਕਰਕੇ ਆਏ, ਉਹਨਾਂ ਨੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਹਜ਼ੂਰੀ ਦੇ ਵਿੱਚ ਪੱਤਰਿਕਾ ਰੱਖੀ ਹੈ। ਕਰ ਬੰਧਨ ਧਰ ਦੀਨ ਅਗਾਰੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰਾਂ ਕਰਕੇ ਬੇਨਤੀ ਕਰਨ ਲੱਗੇ, ਮਹਾਰਾਜ ਆ ਗੁਰੂ ਕੀ ਸੰਗਤ ਨੇ ਬੇਨਤੀ ਕੀਤੀ ਹੈ, ਇਹ ਪੱਤਰ ਹੈ ਮਹਾਰਾਜ, ਆਪ ਦੀ ਕਿਰਪਾ ਕਰਕੇ ਖੋਲ ਕੇ ਪੜ੍ਹ ਲੈਣਾ ਕਰੋ। ਖੋਲ ਸੋ ਪਠੀ ਹਕੀਕਤ ਸਾਰੇ। ਜਦੋਂ ਉਸ ਪੱਤਰ ਨੂੰ ਖੋਲ ਕਰਕੇ ਚਿੱਠੀ ਨੂੰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਪੜ੍ਹਨਾ ਕੀਤਾ, ਸ੍ਰੀ ਸਤਿਗੁਰ ਤੁਮ ਹੋ ਬਸ ਪ੍ਰੇਮ। ਉਸ ਪੱਤਰਿਕਾ ਦੇ ਉੱਪਰ ਲਿਖਿਆ ਹੋਇਆ ਸੀ, ਹੇ ਗਰੀਬ ਨਿਵਾਜ, ਦੀਨਾਂ ਤੇ ਰੱਖਿਆ ਕਰਨ ਵਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੁਸੀਂ ਤਾਂ ਪ੍ਰੇਮ ਭਗਤੀ ਦੇ ਵਸੀਕਾਰ ਹੋ, ਪੰਚ ਹੋ ਸਿੱਖਣ ਢਿੱਗ ਦੇਹੋ ਛੇਮ। ਤੇ ਮਹਾਰਾਜ ਅਸੀਂ ਤੁਹਾਡੇ ਦਰ ਦੇ ਪਿਆਰੇ ਗੁਰੂ ਕੇ ਸਿੱਖ ਹਾਂ, ਬੇਅੰਤ ਸੰਗਤਾਂ ਤੁਹਾਡੇ ਚਰਨਾਂ 'ਚ ਬੇਨਤੀਆਂ ਕਰਦੀਆਂ, ਮਹਾਰਾਜ ਸਾਡੀ ਤਰਫ ਵੀ ਕਿਤੇ ਮੇਰ ਦੀ ਨਿਗਾਹ ਕਰੋ, ਸਾਡੇ ਇਲਾਕੇ ਦੇ ਵਿੱਚ ਵੀ ਗਰੀਬ ਨਿਵਾਜੀ ਕਰਕੇ ਚਰਨ ਪਾ ਦੇਵੋ, ਦਰਸ਼ਨ ਬਖਸ਼ ਦੇਵੋ, ਇਹੋ ਸਭ ਦੇਸ਼ ਦਾਸ ਗੁਰ ਕੇਰਾ। ਇਹ ਸਾਰਾ ਇਲਾਕਾ ਮਹਾਰਾਜ ਤੁਹਾਡਾ ਹੀ ਦਾਸ ਤੁਹਾਡਾ ਹੀ ਸੇਵਕ ਹੈ, ਚਾਹਤ ਹੈ ਇਤ ਦਰਸ਼ਨ ਹੇਰਾ। ਤੇ ਗੁਰੂ ਦੀਆਂ ਸੰਗਤਾਂ ਮਹਾਰਾਜ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀਆਂ ਹਨ, ਆਪਣੋ ਘਰ ਪਾਵਨ ਕੋ ਕਰੈ। ਤੇ ਸਾਰੀਆਂ ਸੰਗਤਾਂ ਦੇ ਮਨ ਦੇ ਵਿੱਚ ਇਹ ਇੱਛਾ ਹੈ, ਹਜ਼ੂਰ ਆਪ ਜੀ ਦੇ ਚਰਨ ਪੈ ਜਾਣ, ਅਸੀਂ ਆਪ ਜੀ ਦੇ ਚਰਨ ਪਰਸ ਲੈਣਾ ਕਰੀਏ, ਸਾਡੇ ਘਰ ਪਵਿੱਤਰ ਹੋ ਜਾਣ, ਨੇਤਰਾਂ ਨਾਲ ਤੁਹਾਡੇ ਦਰਸ਼ਨ ਕਰ ਲਈਏ, ਸਾਡੇ ਨੇਤਰ ਹੀ ਪਵਿੱਤਰ ਹੋ ਜਾਣ, ਨੇਤਰ ਸਫਲੇ ਹੋ ਜਾਣ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਗਰੀਬ ਨਿਵਾਜ ਸਾਡੀ ਤਰਫ ਵੀ ਮੇਰ ਦੀ ਨਿਗਾਹ ਦੇ ਨਾਲ ਤੱਕਣਾ ਕਰੋ। ਰਾਵਰ ਕੇ ਪਾਵਨ ਜਪ ਪਰ, ਜਦੋਂ ਆਪ ਜੀ ਦੇ ਪਾਵਨ ਪਵਿੱਤਰ ਚਰਨ ਇਸ ਧਰਤੀ ਤੇ ਪੈਣਗੇ, ਗੁਰੂ ਕੇ ਸਿੱਖਾਂ ਦੇ ਘਰਾਂ ਦੇ ਵਿੱਚ ਆਪ ਜੀ ਦੇ ਚਰਨ ਪੈਣਗੇ, ਸੁਣ ਸਤਿਗੁਰ ਸ਼੍ਰੀ ਮੁਖ ਮੁਸਕਾਏ, ਤੇ ਮਹਾਰਾਜ ਉਹ ਧਰਤੀ ਪਵਿੱਤਰ ਹੋ ਜਾਵੇਗੀ, ਗੁਰੂ ਪਿਆਰਿਆਂ ਦੇ ਘਰ ਪਵਿੱਤਰ ਹੋ ਜਾਣਗੇ। ਇਹ ਬੇਨਤੀ ਪੱਤਰ ਲਿਖਿਆ ਹੋਇਆ ਪੜ੍ਹ ਕਰਕੇ ਹਜ਼ੂਰ ਆਪਣੇ ਪਾਵਨ ਮੁਖ ਤੋਂ ਮੁਸਕਰਾਏ ਸਨ। ਦੇਸ਼ ਦੂਰ ਬਾਹੋ ਕਿਤ ਕੋ ਜਾਏ, ਹਜ਼ੂਰ ਨੇ ਬਚਨ ਕੀਤਾ, ਭਾਈ ਗੁਰੂ ਕੇ ਸਿੱਖੋ, ਬੜੀ ਦੂਰ ਦੂਰ ਤੱਕ ਸੰਗਤ ਜਿਹੜੀ ਹੈ ਉਹ ਦਰਸ਼ਨਾਂ ਦੀ ਇੱਛਾ ਰੱਖਦੀ ਹੈ। ਸੋ ਭਾਈ ਇੰਨਾ ਦੂਰ ਹਰ ਇੱਕ ਥਾਂ 'ਤੇ ਕਿਵੇਂ ਜਾ ਕਰਕੇ ਪਹੁੰਚਣਾ ਕਰੀਏ? ਬਿਧੀ ਚੰਦ ਕੀ ਦਿਸ਼ਾ ਨਿਹਾਰਾ। ਫਿਰ ਹਜ਼ੂਰ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਵੱਲ ਆਪਣੀ ਕਿਰਪਾ ਦ੍ਰਿਸ਼ਟੀ ਰਹਿਮਤ ਦੀ ਨਿਗਾਹ ਨੂੰ ਪਾਉਣਾ ਕੀਤਾ, ਕਿਤ ਭੇਜਣ ਕੇ ਬਾਕ ਉਚਾਰਾ। ਤੇ ਸਤਿਗੁਰੂ ਮਹਾਰਾਜ ਮੁੱਖ ਤੋਂ ਮੁਸਕਰਾ ਕਰਕੇ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਵੱਲ ਤੱਕ ਕਰਕੇ ਹਜ਼ੂਰ ਨੇ ਬਚਨ ਕੀਤੇ ਸਨ, ਤੋਹੇ ਮੋਹੇ ਮੈਂ ਭੇਦ ਨਾ ਕੋਈ। ਹਜ਼ੂਰ ਦੇ ਬਚਨ ਸਨ ਬਾਬਾ ਬਿਧੀ ਚੰਦ ਜੀ, ਤੁਹਾਡੇ ਵਿੱਚ ਤੇ ਸਾਡੇ ਵਿੱਚ ਕੋਈ ਬਹੁਤਾ ਜ਼ਿਆਦਾ ਕੋਈ ਫਰਕ ਕੋਈ ਭੇਦ ਨਹੀਂ ਹੈ, ਪਹੁੰਚੋ ਤਾਂ ਸਿਦਕ ਲਿਹੋ ਜੋਈ। ਇਸ ਤਰ੍ਹਾਂ ਕਰੋ ਵੀ ਇੱਥੇ ਗੁਰੂ ਕੀ ਸੰਗਤ ਗੁਰੂ ਕੇ ਸਿੱਖ ਕੋਈ ਯਾਦ ਕਰਦੇ ਨੇ, ਸਾਡੀ ਤਰਫੋਂ ਤੁਸੀਂ ਬਾਬਾ ਬਿਧੀ ਚੰਦ ਸਾਹਿਬ ਜੀ ਇੱਥੇ ਪਹੁੰਚਣਾ ਕਰੋ।
ਤੁਹਾਡੇ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਸਭ ਗਾ। ਸੰਗਤ ਕੋ ਦਰਸ਼ਨ ਦੀਜੈ। ਸਾਰੀ ਸੰਗਤ ਨੂੰ ਸਾਡੇ ਤਰਫੋਂ ਜਾ ਕਰਕੇ ਦਰਸ਼ਨ ਬਖਸ਼ ਕੇ ਨਿਹਾਲ ਕਰ ਦੇਣਾ ਗੁਰ ਕਰੋ। ਕੀ ਕਾਰ ਸੰਭਾਰ ਸੋ ਲੀਜੈ, ਜਿਹੜੀਆਂ ਗੁਰੂ ਘਰ ਦੀਆਂ ਕਾਰ ਭੇਟਾਵਾਂ ਨੇ ਉਹਨਾਂ ਨੂੰ ਸੰਭਾਲ ਲੈਣਾ ਸੁਣ ਕਰਿਓ। ਆਇਸ ਕੋ ਬਿਲਮ ਨਾ ਕਰੀ। ਸਤਿਗੁਰਾਂ ਦੇ ਬਚਨ ਸੁਣ ਕਰਕੇ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਚਰਨਾਂ ਤੇ ਸੀਸ ਰੱਖ ਕੇ ਕਿਹਾ, ਮਹਾਰਾਜ ਜੋ ਆਪ ਜੀ ਦਾ ਹੁਕਮ ਹੈ ਤੇ ਸਤਿਗੁਰਾਂ ਦਾ ਹੁਕਮ ਪਾ ਕਰਕੇ ਤਿਆਰੀ ਕਰ ਲੈਣਾ ਕੀਤੀ ਬਾਬਾ ਵਿਧੀ ਚੰਦ ਸਾਹਿਬ ਜੀ ਨੇ, ਚਲਨ ਹੇਤ ਮਨਸਾ ਔਰ ਤਰੀ। ਤੇ ਇੱਥੋਂ ਚੱਲ ਕਰਕੇ ਗੁਰੂ ਦੀਆਂ ਸੰਗਤਾਂ ਵੱਲ ਜਾਣ ਦੀ ਇੱਛਾ ਰੱਖ ਕਰਕੇ ਤਿਆਰੀ ਕਰਦੇ ਹਨ। ਚਰਨ ਕਮਲ ਕੋ ਬੰਦਨ ਕਰ ਕੈ, ਚਰਨਾਂ ਕਮਲਾਂ ਤੇ ਸਤਿਗੁਰਾਂ ਦੇ ਸੀਸ ਰੱਖ ਕੇ ਨਮਸਕਾਰ ਕਰਕੇ ਗਮਨਿਓ ਵਿਧੀ ਚੰਦ ਹਿਤ ਧਰ ਕੈ। ਤੇ ਬਾਬਾ ਵਿਧੀ ਚੰਦ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਨੇ ਗੁਰੂ ਦੀਆਂ ਸੰਗਤਾਂ ਦੇ ਤਾਈ ਦਰਸ਼ਨ ਦਦਾਰ ਬਖਸ਼ਿਸ਼ ਕਰ। ਸੋ ਗੁਰੂ ਪਿਆਰੀ ਸੰਗਤ ਜੀ, ਕਿ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ, ਇਸ ਤੋਂ ਅੱਗੇ ਆਪਾਂ ਕੱਲ੍ਹ ਦੇ ਦੀਵਾਨ ਦੇ ਅੰਦਰ ਸਰਵਣ ਕਰਾਂਗੇ ਕਿਵੇਂ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਸੰਗਤਾਂ ਨੂੰ ਦਰਸ਼ਨ ਦਦਾਰ ਬਖਸ਼ਿਸ਼ ਕਰਕੇ। ਸੋ ਜਿਹੜੇ ਭਗਤ ਜੀ ਨੇ ਸੁੰਦਰ ਸ਼ਾਹ ਜੀ, ਉਹਨਾਂ ਦੇ ਪਾਸ ਜਾ ਕਰਕੇ, ਸਾਈਂ ਦੇ ਫਕੀਰ ਦੇ ਪਾਸ ਜਾ ਕਰਕੇ ਕਿਵੇਂ ਬਚਨ ਬਲਾਸ ਕਰਦੇ ਹੈ, ਇਹ ਸਾਰਾ ਹੀ ਪ੍ਰਸੰਗ ਕੱਲ੍ਹ ਦੇ ਦੀਵਾਨਾਂ ਵਿੱਚ ਅੱਗੇ ਆਵੇਗਾ। ਆਪਾਂ ਸਰਵਣ ਕਰਨ ਦਾ ਯਤਨ ਕਰਾਂਗੇ। ਗੁਰੂ ਕੇ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਵੀ, ਗੁਰੂ ਸਾਹਿਬਾਨ ਗੁਰੂ ਕੀ ਸੰਗਤ ਬਖਸ਼ਿੰਦ ਹੋ ਬਖਸ਼ ਲੈਣਾ ਗਾ ਤੇ ਸਮਰਥ ਪ੍ਰਦਾਨ ਕਰਨੀ ਵੀ। ਚਰਨ ਕਮਲ ਕੋ ਬੰਦਨ ਕਰ ਕੈ, ਗਮਨਿਓ ਵਿਧੀ ਚੰਦ ਹਿਤ ਧਰ ਕੈ। ਵਾਹਿਗੁਰੂ ਜੀ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ।